ਅਕਸਰ ਜਦੋਂ ਗੱਲ ਕਰਦੇ ਆ ਵੀਜ਼ਾ ਦੀ ਜਦੋਂ ਕਿਸੇ ਦਾ ਵੀਜ਼ਾ ਗ੍ਰਾਂਟ ਹੁੰਦਾ ਹਰ ਪਾਸੇ ਖੁਸ਼ੀ ਹੁੰਦੀ ਬਟ ਅਗਰ ਇਹਦੇ ਅਦਰ ਸਾਈਡ ਤੇ ਦੇਖਿਆ ਜਾਵੇ ਵੀਜ਼ਾ ਐਪਲੀਕੇਸ਼ਨ ਕਨਫਿਊਜ਼ਰ ਜਿਹੜਾ ਸ਼ਬਦ ਸੁਣਨ ਚ ਹੀ ਹਰ ਇੱਕ ਨੂੰ ਡਰਾਵਨਾ ਲੱਗਦਾ ਜਾਂ ਸੁਣਨ ਚ ਹੀ ਲਾਈਕ ਕਈ ਵਾਰ ਸਟੂਡੈਂਟ ਦਾ ਦਿਲ ਟੁੱਟ ਜਾਂਦਾ ਜਦੋਂ ਵੀਜ਼ਾ ਰਿਫਿਊਜ਼ ਹੁੰਦਾ ਇੱਕ ਵਾਰ ਰਿਫਿਊਜ਼ਲ ਹੁੰਦੀ ਹੈ ਦੋ ਵਾਰ ਹੁੰਦੀ ਹੈ ਬਟ ਜਦੋਂ ਕੋਈ ਐਪਲੀਕੇਸ਼ਨ ਮਲਟੀਪਲ ਟਾਈਮ ਰਿਫਿਊਜ਼ ਹੋ ਜਾਏ ਜਾਂ ਹਰ ਕੰਟਰੀ ਜਦੋਂ ਵੀਜ਼ਾ ਦੇਣਾ ਬੰਦ ਕਰ ਦੇ ਸੋ ਉਸ ਪਰਸਨ ਨੂੰ ਪਤਾ ਹੁੰਦਾ ਕਿ ਉਹਦੇ ਕੀ ਬੀਤੀ ਹੈ ਅੱਜ ਤੁਹਾਡੇ ਨਾਲ ਸਕਸੈਸ ਸਟੋਰੀ ਸ਼ੇਅਰ ਕਰਨਾ ਚਾਹੂੰਗਾ ਗੁਰਜੰਟ ਜੀ ਇਹਨਾਂ ਦਾ ਵੀਜ਼ਾ ਮਲਟੀਪਲ ਟਾਈਮ ਔਰ ਮਲਟੀਪਲ ਕੰਟਰੀਜ਼ ਤੋਂ ਰਿਫਿਊਜ਼ ਸੀਗਾ ਸੋ ਗੁਰਜੰਟ ਅੱਜ ਤੁਹਾਡਾ ਯੂਕੇ ਦਾ ਵੀਜ਼ਾ ਗ੍ਰਾਂਟ ਹੋ ਚੁੱਕਾ ਕੀ ਕਹਿਣਾ ਚਾਹੋਗੇ ਕੀ ਤੁਹਾਡੀ ਜਰਨੀ ਰਹੀ ਹੈ ਉਸ ਰਿਫਿਊਜ਼ਲਸ ਤੋਂ ਲੈ ਕੇ ਆਹ 5 ਸਾਲਾਂ ਬਾਅਦ ਵੀਜ਼ਾ ਗ੍ਰਾਂਟ ਹੁੰਦੀ ਔਰ ਅੱਜ ਤੁਹਾਡੇ ਕੋਲ ਵੀਜ਼ਾ ਹੈ ਕੀ ਕਹਿਣਾ ਚਾਹੋਗੇ ਇਸ ਬਾਰੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੁਰਜੰਟ ਸਿੰਘ ਆ ਮੇਰੇ ਕਿਸੇ ਹਰਮਨਜੋਤ ਕੌਰ ਸਾਨੂੰ 5 ਸਾਲ ਹੋ ਗਏ ਆ ਜੀ ਵੀਜ਼ਾ ਅਪਲਾਈ ਕਰਦਿਆਂ ਨੂੰ ਸਟੱਡੀ ਵੀਜ਼ਾ ਅਪਲਾਈ ਕੀਤਾ ਬਹੁਤ ਵਾਰ ਸਾਡੀਆਂ 4-5 ਵਾਰ ਰਿਫਿਊਜ਼ਲ ਆ ਚੁੱਕੀ ਆ ਅੱਜ ਓਮ ਗਲੋਬਲ ਵੀਜ਼ਾ ਵਾਲਿਆਂ ਨੇ ਸਾਡਾ ਵੀਜ਼ਾ ਲਿਆ ਤਾ ਜੀ ਬਹੁਤ ਆਪਾਂ ਖੁਸ਼ ਹਾਂ ਮੈਂ ਤਾਂ ਸਾਰਿਆਂ ਦੋਸਤਾਂ ਮਿੱਤਰਾਂ ਨੂੰ ਇਹੀ ਬੇਨਤੀ ਕਰਦਾ ਹਾਂ ਕਿ ਸਾਰੇ ਤੁਸੀਂ ਓਮ ਗਲੋਬਲ ਵਾਲਿਆਂ ਕੋਲ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਅਤੇ ਤੁਹਾਨੂੰ ਵੀਜ਼ਾ ਗਰੰਟਡ ਲੈ ਕੇ ਦੇਣਗੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹਰਮਨਜੋਤ ਕੌਰ ਹੈ ਅਸੀਂ ਤਕਰੀਬਨ ਪਿਛਲੇ 5 ਸਾਲ ਤੋਂ ਮੈਂ ਔਰ ਮੇਰੇ ਹਸਬੈਂਡ ਗੁਰਜੰਟ ਸਿੰਘ ਪਿਛਲੇ 5 ਸਾਲ ਤੋਂ ਅਸੀਂ ਕਾਫੀ ਸਾਰੇ ਕੰਟਰੀਜ਼ ਲਾਈਕ ਕੈਨੇਡਾ ਆਸਟ੍ਰੇਲੀਆ ਐਂਡ ਸ਼ੈਂਗਨ ਕੰਟਰੀਜ਼ ਦਾ ਟੂਰਿਸਟ ਔਰ ਸਟੱਡੀ ਵੀਜ਼ਾ ਅਪਲਾਈ ਕਰਦੇ ਪਏ ਸੀਗੇ ਬਟ ਸਾਨੂੰ ਹਰ ਜਗ੍ਹਾ ਤੋਂ ਮਤਲਬ ਨਿਰਾਸ਼ਾ ਲਾਈਕ ਰਿਫਿਊਜ਼ਲ ਹੀ ਮਿਲੀ ਹੈ ਸੋ ਉਸ ਤੋਂ ਬਾਅਦ ਅਸੀਂ ਇੱਥੇ ਓਮ ਗਲੋਬਲ ਇਮੀਗ੍ਰੇਸ਼ਨ ਵਿੱਚ ਇੱਥੇ ਆਣ ਕੇ ਵਿਜ਼ਿਟ ਕੀਤਾ ਸਾਨੂੰ ਇੱਥੋਂ ਦੇ ਸਾਰੇ ਸਟਾਫ ਨੇ ਬਹੁਤ ਕੋਆਪਰੇਟ ਕੀਤਾ ਅਤੇ ਸਾਨੂੰ ਤਸੱਲੀ ਦਿੱਤੀ ਕਿ ਤੁਸੀਂ ਇੱਕ ਵਾਰ ਯੂਕੇ ਅਪਲਾਈ ਕਰਕੇ ਦੇਖੋ ਹੋਪ ਸੋ ਤੁਹਾਨੂੰ ਵੀਜ਼ਾ ਜ਼ਰੂਰ ਮਿਲੇਗਾ ਉਸ ਤੋਂ ਬਾਅਦ ਅਸੀਂ ਯੂਕੇ ਦਾ ਵੀਜ਼ਾ ਅਪਲਾਈ ਕੀਤਾ ਅਤੇ ਅੱਜ ਸਾਡੇ ਕੋਲ ਮੇਰੇ ਕੋਲ ਅਤੇ ਮੇਰੇ ਹਸਬੈਂਡ ਸਰਦਾਰ ਗੁਰਜੰਟ ਸਿੰਘ ਕੋਲ ਸਾਡਾ ਵੀਜ਼ਾ ਹੈ ਅਸੀਂ ਬਹੁਤ ਖੁਸ਼ ਹਾਂ ਅਸੀਂ ਸਭ ਨੂੰ ਇਹੀ ਕਹਿੰਦੇ ਹਾਂ ਕਿ ਜੋ ਕੋਈ ਵੀ ਸਾਡੇ ਵਾਂਗੂ ਪਹਿਲਾਂ ਨਿਰਾਸ਼ ਹੋ ਚੁੱਕਿਆ ਵਾ ਸੋ ਪਲੀਜ਼ ਇੱਕ ਵਾਰ ਓਮ ਗਲੋਬਲ ਆਣ ਕੇ ਵਿਜ਼ਿਟ ਕਰੋ ਹੋਪ ਸੋ ਤੁਹਾਨੂੰ ਵੀ ਸਾਡੇ ਵਾਂਗੂ ਜ਼ਰੂਰ ਵੀਜ਼ਾ ਮਿਲੇਗਾ